ਗਮ ਵਿੱਚ ਹੋਏਗਾ, ਅੱਲਾਹ ਦਾ ਗਮ ਦੂਰ ਕਰੇਗਾ। ਜਿਹੜਾ ਤੰਗ ਦਸਤ ਹੋਏਗਾ, ਅੱਲਾਹ ਉਹਦੀ ਤੰਗ ਦਸਤੀ ਦੂਰ ਕਰੇਗਾ। ਜਿਹੜਾ ਕੋਈ ਹਾਜਤਮੰਦ ਹੋਏਗਾ, ਅੱਲਾਹ ਤਬਾਰਕ ਤਾਲਾ ਉਸਦੀ ਹਾਜਤ ਨੂੰ ਪੂਰਾ ਫਰਮਾਏਗਾ। ਫਿਰ ਮੌਲਾ ਫਰਮਾਉਣੇ ਨੇ ਅਲਹਮਦੁਲਿਲਾ ਕਿ ਅਸੀਂ ਵੀ ਕਾਮਯਾਬ ਔਰ ਸਾਡੇ ਸ਼ੀਆ ਵੀ ਕਾਮਯਾਬ। ਬੜਾ ਦੇਣਾ ਇਮਾਨੀ, ਮੈਂ ਤੁਹਾਡੇ ਸਿਰਫ ਚੰਦ ਮਿੰਟ ਤੁਹਾਨੂੰ ਤਕਲੀਫ ਦੇਣਾ ਚਾਹੁੰਦਾ। ਜਨਾਬੇ ਸਜਦਾ, ਜਿਹੜੇ ਕਿ ਅੱਲਾਹ ਤਬਾਰਕ ਤਾਲਾ ਦੀ ਕਨੀਜ਼ ਦੇ ਖਾਸ ਨੇ, ਉਹਨਾਂ ਦੇ ਨੂਰ ਨੂੰ ਜਦੋਂ ਚਾਹਿਆ ਕਿ ਮੈਂ ਜ਼ਮੀਨ 'ਤੇ ਭੇਜਾਂ। ਲਿਹਾਜ਼ਾ ਅੱਲਾਹ ਤਬਾਰਕ ਤਾਲਾ ਨੇ ਨਬੀ ਪਾਕ ਨੂੰ ਮਰਾਜ 'ਤੇ ਲਾਇਆ। ਮਰਾਜ ਕੀ ਹੈ? ਜਨਾਬੇ ਸਜਦਾ ਦਾ ਨੂਰ ਅੱਲਾਹ ਤਾਲਾ ਨੇ ਜਨਾਬੇ ਖਤਮੀ ਮਤਲਬ ਨੂੰ ਅਤਾ ਕੀਤਾ। ਇਹ ਮਰਾਜ ਜਿਹੜਾ ਕਿ ਬੁਲਾ ਕੇ, ਇਹ ਐਸਾ ਨੂਰ ਸੀ ਜਿਹੜਾ ਕਿ ਅੱਲਾਹ ਤਬਾਰਕ ਤਾਲਾ ਨੇ ਆਪਣੇ ਪਰਦਾ ਖਾਸ 'ਚ ਕੁਰਬ 'ਚ ਰੱਖਿਆ। ਫਿਰ ਨਬੀ ਪਾਕ ਨੂੰ ਇਹ ਜਿਸ ਵਕਤ ਨੂਰ ਅਤਾ ਕੀਤਾ, ਜੰਨਤ ਦੇ ਸੇਬ ਦੇ ਬੂਟੇ ਨਾਲ ਇੱਕ ਸੇਬ, ਉਹਨੇ 'ਚ ਨੂਰ ਵਧੀਜਰ ਕੀਤਾ ਔਰ ਉਹ ਸੇਬ ਜਿਹੜਾ ਖਤਮੀ ਮਰਤਬਤ ਨੂੰ ਅੱਲਾਹ ਤਬਾਰਕ ਤਾਲਾ ਨੇ ਅਤਾ ਫਰਮਾ ਕੇ ਆਖਿਆ ਮੈਂ ਤੈਨੂੰ ਕੌਸਰ ਅਤਾ ਕਰ ਦਿੱਤੀ ਹੈ। ਇੰਨਾ ਆਤਾ ਨਾ ਕੱਲ ਕੌਸਰ, ਇਹ ਅੱਲਾਹ ਤਬਾਰਕ ਤਾਲਾ ਨੇ ਸੂਰਤ ਉੱਥੇ ਅਤਾ ਕੀਤੀ ਹੈ। ਜਿਹੜਾ ਵੀ ਬੰਦਾ ਤੰਗ ਦਸਤੇ, ਇਹ ਮੇਰਾ ਜ਼ਾਤੀ ਹੋਣ